ਇਜ਼ਰਾਈਲ ਨੇ ਕਿਹਾ ਕਿ ਉਹਨਾਂ ਨੂੰ ਹਮਾਸ ਵੱਲੋਂ ਕੈਦੀ ਬਣਾਏ ਗਏ 6 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹਨਾਂ 'ਚ ਇਜ਼ਰਾਈਲੀ ਅਮਰੀਕੀ ਹਰਸ਼ ਗੋਲਡਬਰਗ ਵੀ ਸ਼ਾਮਲ ਹੈ, ਜਿਸ ਦੇ ਮਾਪਿਆਂ ਨੇ ਆਲਮੀ ਆਗੂਆਂ ਨਾਲ ਮਿਲ ਕੇ ਉਸ ਦੀ ਰਿਹਾਈ ਦੇ ਯਤਨ ਕੀਤੇ ਸਨ। ਫੌਜ ਨੇ ਕਿਹਾ ਕਿ ਲਾਸ਼ਾਂ ਦੱਖਣੀ ਗਾਜ਼ਾ ਦੇ ਸ਼ਹਿਰ ਰਾਫਾਹ ਦੀ ਸੁਰੰਗ ਵਿੱਚੋਂ ਬਰਾਮਦ ਹੋਈਆਂ ਹਨ, ਜਿੱਥੋਂ 1 ਕਿਲੋਮੀਟਰ ਦੂਰ ਪਿਛਲੇ ਹਫ਼ਤੇ ਕੈਦੀ ਨੂੰ ਬਚਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜ਼ਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹਨਾਂ ਕੈਦੀਆਂ ਦੀ ਮੌਤ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਟ ਇਜ਼ ਵਿਦ ਅ ਹੈਵੀ ਹਾਰਟ ਦੈਟ ਵੀ ਸ਼ੇਅਰ ਦ ਨਿਊਜ਼ ਦੈਟ ਦ ਬਾਡੀਜ਼ ਆਫ 6 ਇਜ਼ਰਾਈਲੀ ਹੋਸਟੇਜਸ ਹੂ ਵਰ ਆਲ ਟੇਕਨ ਹੋਸਟੇਜ ਅਲਾਈਵ ਬਾਈ ਹਮਾਸ ਡਿਊਰਿੰਗ ਦ ਅਕਟੋਬਰ 7th ਮੈਸਕਰ ਐਂਡ ਮਰਡਰਡ ਇਨ ਹਮਾਸ ਕੈਪਟਿਵਿਟੀ ਵਰ ਰਿਕਵਰਡ ਫਰੋਮ ਇਨਸਾਈਡ ਅ ਟਨਲ ਇਨ ਰਾਫਾ and have been brought back to Israel. Hirsch Goldberg Polin, age 23, an Israeli-American citizen. Eden Yerushalmi, age 24. Ori Danino, age 25. Almog Sarusi, age 27. Alexander Lubanov, age 33, and a father of two, were all abducted from the Nova Music Festival. And Carmel Gat, age 40, who was abducted from Meiri on October 7th. Israeli security forces brought back their bodies to Israel for burial. ਕੈਦੀਆਂ ਦੀ ਹੱਤਿਆ ਨੂੰ ਲੈ ਕੇ ਪੂਰੇ ਇਜ਼ਰਾਈਲ 'ਚ ਗੁੱਸਾ ਹੈ। ਐਤਵਾਰ ਰਾਤ ਨੂੰ ਰਾਜਧਾਨੀ ਤੇਲ ਅਵੀਵ ਸਮੇਤ ਕਈ ਸ਼ਹਿਰਾਂ ਵਿੱਚ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ। ਰਾਜਧਾਨੀ ਵਿੱਚ ਕਈ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ। ਉਹਨਾਂ ਨੇ ਪੱਛਮੀ ਯਰੂਸ਼ਲਮ ਵਿੱਚ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦਫ਼ਤਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ। נתניהו מבצע בנו טרור פסיכולוגי כמו שהחמאס ביצע